ਤੇ ਅੱਗੇ ਵਧਦੇ ਤੇ ਹੁਣ ਗੱਲ ਕਰਾਂਗੇ ਗੁਰਮੀਤ ਰਾਮ ਰਹੀਮ ਦੀ। ਦੱਸ ਦਈਏ ਕਿ ਬਾਗਪਤ ਦੇ ਬਰਨਾਵਾ ਆਸ਼ਰਮ ਦੇ ਵਿੱਚ ਪਹੁੰਚੇ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ। 40 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਜੇਲ੍ਹ ਤੋਂ ਬਾਹਰ ਆਏ ਨੇ। ਸੋ ਦੱਸ ਦਈਏ ਕਿ ਕਰੜੀ ਸੁਰੱਖਿਆ ਹੇਠ ਬਰਨਾਵਾ ਆਸ਼ਰਮ ਦੇ ਵਿੱਚ ਪਹੁੰਚੇ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ। ਇਸ ਤੋਂ ਪਹਿਲਾਂ ਵੀ ਜਿਹੜੀ ਹੈ ਪੈਰੋਲ ਮਿਲ ਚੁੱਕੀ ਹੈ ਅਤੇ ਹੁਣ ਵੀ ਜਿਹੜੀ ਹੈ 40 ਦਿਨਾਂ ਦੀ ਜਿਹੜੀ ਪੈਰੋਲ ਹੈ ਉਹ ਜ਼ਰੂਰ ਮਿਲੀ ਹੈ। ਸੋ ਦੱਸ ਦਈਏ ਕਿ ਬਾਗਪਤ ਦੇ ਬਰਨਾਵਾ ਆਸ਼ਰਮ ਦੇ ਵਿੱਚ ਪਹੁੰਚੇ ਨੇ ਡੇਰਾ ਮੁਖੀ ਰਾਮ ਰਹੀਮ। 40 ਦਿਨਾਂ ਦੀ ਪੈਰੋਲ ਮਿਲੀ ਹੈ ਅਤੇ 40 ਦਿਨਾਂ ਦੇ ਲਈ ਜੇਲ੍ਹ ਤੋਂ ਬਾਹਰ ਆਏ ਨੇ ਗੁਰਮੀਤ ਰਾਮ ਰਹੀਮ। ਕਰੜੀ ਸੁਰੱਖਿਆ ਹੇਠ ਬਰਨਾਵਾ ਆਸ਼ਰਮ ਦੇ ਵਿੱਚ ਪਹੁੰਚੇ ਨੇ ਡੇਰਾ ਮੁਖੀ।